ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਵਰ ਕਰਾਂਗੇ ਸ਼ੇਰੇ ਪੰਜਾਬ ਪਾਰਟ 2 ਪਾਰਟ 1 ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ ਉਹਦੇ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਬਾਰੇ ਉਹਨਾਂ ਦੇ ਵਿਆਹ ਬਾਰੇ ਜਾਂ ਕਹਿ ਲਓ ਬਚਪਨ ਬਾਰੇ ਜਾਣ ਚੁੱਕੇ ਹਾਂ ਉਹ ਪਾਰਟ ਤੁਸੀਂ ਆਲਰੇਡੀ ਸਾਡੇ ਚੈਨਲ 'ਤੇ ਅਵੇਲੇਬਲ ਹੈ ਦੇਖ ਸਕਦੇ ਹੋ ਜਾ ਕੇ ਹੁਣ ਆਪਾਂ ਅੱਗੋਂ ਦੇਖਦੇ ਹਾਂ ਜੀ 1798 1798 ਦੀ ਆਪਾਂ ਗੱਲ ਕਰੀਏ ਤਾਂ ਜੋ ਆਪਣਾ ਪੰਜਾਬ ਸੀਗਾ ਉਹ ਬਹੁਤ ਹੀ ਛੋਟੀ ਛੋਟੀ ਰਿਆਸਤਾਂ ਦੇ ਵਿੱਚ ਡਿਵਾਈਡ ਹੋਇਆ ਹੋਇਆ ਸੀ ਠੀਕ ਹੈ ਜੋ ਜਿੰਨੇ ਪਾਰਟ ਦਾ ਨੂੰ ਲੀਡ ਕਰਦਾ ਸੀਗਾ ਉਹਨੂੰ ਉੱਥੋਂ ਦਾ ਆਪਣਾ ਰਾਜਾ ਸਮਝਦਾ ਸੀਗਾ ਠੀਕ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ ਪੂਰੇ ਪੰਜਾਬ ਦੇ ਨਾਲ ਉਹ ਸਿਰਫ ਆਪਣੇ ਏਰੀਏ ਨੂੰ ਲੈ ਕੇ ਹੀ ਮਤਲਬ ਰਾਜ ਕਰ ਰਹੇ ਸੀਗੇ ਯੂਨਿਟੀ ਨਾਮ ਦੀ ਕੋਈ ਚੀਜ਼ ਨਹੀਂ ਸੀਗੀ ਠੀਕ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਬਹੁਤ ਹੀ ਅਹਿਮ ਰੋਲ ਨਿਭਾਇਆ ਉਹਨਾਂ ਨੇ ਜਿੰਨੀਆਂ ਵੀ ਮਿਸਲਸ ਬਣੀਆਂ ਹੋਈਆਂ ਸੀਗੀਆਂ ਪੰਜਾਬ ਵਿੱਚ ਟੋਟਲ 12 ਸੀਗੀਆਂ ਹੈ ਨਾ ਉਹਨਾਂ ਨੂੰ ਇਕੱਠਾ ਕਰਕੇ ਪੰਜਾਬ ਸੂਬਾ ਬਣਾਇਆ ਠੀਕ ਹੈ ਪੰਜਾਬ ਦਾ ਨਾਮ ਬਣਾਇਆ ਆਪਾਂ 12 ਮਿਸਲਾਂ ਦੇਖ ਲਈਏ ਕਿਉਂਕਿ ਇਹ ਬਹੁਤ ਇੰਪੋਰਟੈਂਟ ਨੇ ਆਪਣੇ ਪੰਜਾਬ ਦੇ ਜੋ ਇਗਜ਼ਾਮ ਹੁੰਦੇ ਨੇ ਠੀਕ ਹੈ ਚਾਹੇ ਉਹ PCS ਹੋਵੇ ਜਾਂ ਹੋਰ ਵੇਰੀਅਸ ਇਗਜ਼ਾਮ ਜਿੰਨੇ ਵੀ ਜਨਰਲ ਇਗਜ਼ਾਮਸ ਨੇ ਉਹਨਾਂ ਲਈ ਮਿਸਲਸ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਨੇ ਸੋ ਲੈਟਸ ਸਟਾਰਟ ਪਹਿਲੇ ਨੰਬਰ 'ਤੇ ਆਪਣੇ ਕੋਲ ਕਰੋੜ ਸਿੰਘ ਆ ਮਿਸਲ ਇਹਨਾਂ ਦੇ ਜੋ ਲੀਡਰ ਸੀਗੇ ਵਾਸ ਕਰੋੜ ਸਿੰਘ ਇਹ ਬਹੁਤ ਇੰਪੋਰਟੈਂਟ ਨੇ ਲੀਡਰਸ ਤੁਸੀਂ ਯਾਦ ਕਰਨੇ ਨੇ ਇਸ ਸਲਾਈਡ ਦਾ ਤੁਸੀਂ ਸਕਰੀਨਸ਼ੋਟ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਇੰਪੋਰਟੈਂਟ ਨੇ ਇਹ MCQ ਦੇ ਵਿੱਚ ਆਉਂਦੇ ਨੇ PYQs ਚੈੱਕ ਕਰ ਸਕਦੇ ਹੋ ਤੁਸੀਂ ਨਿਸ਼ਾਨ ਵਾਲੀਆ ਮਿਸਲ ਦਸੁੰਦਾ ਸਿੰਘ ਸ਼ਹੀਦਾਂ ਮਿਸਲ ਬਾਬਾ ਦੀਪ ਸਿੰਘ ਨਿਕਾਈ ਮਿਸਲ ਹੀਰਾ ਸਿੰਘ ਨਿਕਾਈ ਡੱਲੇ ਵਾਲੀਆ ਮਿਸਲ ਗੁਲਾਬ ਸਿੰਘ ਡੱਲੇ ਵਾਲੀਆ ਰਾਮਗੜੀਆ ਮਿਸਲ ਜੱਸਾ ਸਿੰਘ ਰਾਮਗੜੀਆ ਫੁਲਕੀਆਂ ਮਿਸਲ ਚੌਧਰੀ ਫੂਲ ਭੰਗੀ ਮਿਸਲ ਹਰੀ ਸਿੰਘ ਢਿੱਲੋਂ ਆਲੂ ਵਾਲੀਆ ਮਿਸਲ ਜੱਸਾ ਸਿੰਘ ਆਲੂ ਵਾਲੀਆ ਕਨਈਆ ਮਿਸਲ ਜੈ ਸਿੰਘ ਸਿੰਘਾਪੁਰੀਆ ਔਰ ਫੈਜ਼ਲਪੁਰੀਆ ਮਿਸਲ ਨਵਾਬ ਕਪੂਰ ਸਿੰਘ ਸੁੱਕਰ ਚੱਕਿਆ ਮਿਸਲ ਬੁੱਧਾ ਸਿੰਘ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਇਸ ਮਿਸਲ ਨਾਲ ਸੀਗੇ ਰਿਲੇਟਿਡ ਇਹ ਆਪਾਂ ਆਪਣੀ ਪਿਛਲੀ ਜੋ ਹੈ ਲੈਕਚਰ ਸੀਗਾ ਉਹਦੇ ਵਿੱਚ ਕਵਰ ਕੀਤਾ ਹੈ ਇਹਨਾਂ ਦੀ ਕ੍ਰੋਨੋਲੋਜੀ ਵੀ ਕਵਰ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਸੋ ਇਹ ਸੀਗੀਆਂ ਪੰਜਾਬ ਦੀਆਂ 12 ਮਿਸਲਸ ਠੀਕ ਹੈ ਇਹ ਇਹਨਾਂ ਦੇ ਓਨਰ ਸੀਗੇ ਦੇਖ ਸਕਦੇ ਹੋ ਧਿਆਨ ਨਾਲ ਇਸ ਸਲਾਈਡ ਨੂੰ ਧਿਆਨ ਨਾਲ ਪੜ੍ਹਨਾ ਇਹ ਸਲਾਈਡ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚੋਂ ਤੁਹਾਨੂੰ ਜ਼ਰੂਰ ਹੀ ਇਸ ਵਾਰ ਵੀ ਕੋਈ ਨਾ ਕੋਈ ਕੁਸ਼ਚਨ ਦੇਖਣ ਨੂੰ ਮਿਲੇਗਾ ਠੀਕ ਹੈ ਸੋ ਮਿਸ ਨਹੀਂ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਕੀਤਾ ਕਿ ਇਹਨਾਂ 12 ਸਿੱਖ ਮਿਸਲਸ ਨੂੰ ਇਕੱਠਾ ਕੀਤਾ ਠੀਕ ਹੈ ਇਕੱਠਾ ਕਰਕੇ ਜਿਵੇਂ 12 ਨੂੰ ਇੱਕ ਰਾਜ ਬਣਾ ਦਿੱਤਾ ਇੱਕ ਸੂਬਾ ਬਣਾਇਆ ਅਤੇ ਉਹਨੂੰ ਪੰਜਾਬ ਦਾ ਨਾਮ ਦਿੱਤਾ ਅਤੇ ਆਪਦੇ ਆਪ ਨੂੰ ਉੱਥੋਂ ਦਾ ਮਹਾਰਾਜਾ ਡਿਕਲੇਅਰ ਕਰ ਦਿੱਤਾ 12 April 1801 ਨੂੰ ਉਹਨਾਂ ਨੇ ਆਪਦੇ ਆਪ ਨੂੰ ਮਹਾਰਾਜਾ ਡਿਕਲੇਅਰ ਕੀਤਾ ਪੰਜਾਬ ਦਾ ਠੀਕ ਹੈ ਜੀ ਅਤੇ ਉਸਦੀ ਕੈਪੀਟਲ ਰੱਖੀ ਗਈ ਲਾਹੌਰ ਠੀਕ ਹੈ ਜੋ ਕਿ ਆਜ਼ਾਦੀ ਤੱਕ ਇੱਦਾਂ ਹੀ ਚੱਲਦਾ ਰਿਹਾ ਉਸ ਤੋਂ ਬਾਅਦ ਜਦੋਂ ਆਪਣਾ ਡਿਵੀਜ਼ਨ ਹੋਈ 1947 ਦੀ ਤਾਂ ਲਾਹੌਰ ਜੋ ਹੈ ਕਿ ਉਹ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਪੰਜਾਬ ਵੀ ਡਿਵਾਈਡ ਹੋ ਗਿਆ ਠੀਕ ਹੈ ਉਹ ਆਪਾਂ ਅੱਗੇ ਹੌਲੀ ਹੌਲੀ ਕਵਰ ਕਰਾਂਗੇ ਸੋ ਇਹ ਸੀਗਾ ਛੋਟੀ ਜਿਹੀ ਇਨਫੋਰਮੇਸ਼ਨ ਤੁਸੀਂ ਹੋਰ ਦੂਸਰੇ PYQs ਕਵਰ ਕਰ ਸਕਦੇ ਹੋ ਸਾਡੇ ਚੈਨਲ ਉੱਪਰ ਅਵੇਲੇਬਲ ਨੇ ਵੀਡੀਓਜ਼ ਠੀਕ ਹੈ ਆਪਣਾ PYQs ਕਰਨ ਦਾ ਇਹੀ ਮੋਟਿਵ ਹੈ ਕਿ ਅਗਰ ਪੁਰਾਣੇ ਪੇਪਰਾਂ ਵਿੱਚੋਂ ਕੋਈ ਵੀ ਕੁਸ਼ਚਨ ਰਿਪੀਟ ਹੁੰਦਾ ਹੈ ਤਾਂ ਤੁਸੀਂ ਉਹ ਮਿਸ ਨਾ ਕਰੋ ਆਪਾਂ ਸਿਰਫ ਕੁਸ਼ਚਨ ਨਹੀਂ ਕਰ ਰਹੇ ਅਸੀਂ ਟੋਪਿਕ ਵੀ ਕਵਰ ਕਰ ਰਹੇ ਹਾਂ ਠੀਕ ਹੈ ਸੋ ਹੋ ਸਕੇ ਤਾਂ ਜੁਆਇਨ ਕਰੋ PYQ ਸੀਰੀਜ਼ ਐਂਡ ਅਗਰ ਅੱਛੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ